ਦੋਸਤੋ ਪੰਜਾਬ ਵਿੱਚ ਵੱਖ ਵੱਖ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ। ਦੋਸਤੋ ਜੇਕਰ ਤੁਸੀਂ 5ਵੀਂ 8ਵੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ। ਦੋਸਤੋ ਕੁਆਲੀਫਿਕੇਸ਼ਨ ਕੀ ਹੋਵੇਗੀ, ਸੈਲਰੀ ਕੀ ਦਿੱਤੀ ਜਾਵੇਗੀ, ਕਿਵੇਂ ਤੁਸੀਂ ਅਪਲਾਈ ਕਰਨਾ, ਸਾਰੀ ਜਾਣਕਾਰੀ ਡਿਟੇਲ 'ਚ ਦਿਆਂਗਾ। ਕਿਰਪਾ ਕਰਕੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ ਜੇਕਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ। ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਚਲ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ, ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ। ਪੋਸਟਾਂ ਲਈ ਡਰਾਈਵਰ, ਕਲਰਕ, ਸਫਾਈ ਵਾਲਾ, ਅਟੈਂਡੈਂਟ ਅਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ। ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ। ਦੋਸਤੋ ਪੋਸਟ ਐਂਡ ਡਿਟੇਲ, ਕੁਆਲੀਫਿਕੇਸ਼ਨ ਅਤੇ ਸੈਲਰੀ ਕੁਛ ਇਸ ਪ੍ਰਕਾਰ ਹੈ ਜੀ। ਪੋਸਟ ਨੰਬਰ 1 ਜੀ, ਮੈਡੀਕਲ ਅਫਸਰ ਦੀ ਪੋਸਟ ਹੈ ਜੀ। ਕੁਆਲੀਫਿਕੇਸ਼ਨ ਹੈ ਜੀ MBBS ਡਿਗਰੀ ਤੁਸੀਂ ਕੰਪਲੀਟ ਕੀਤੀ ਤਾਂ ਤੁਸੀਂ ਅਪਲਾਈ ਕਰ ਸਕੋਗੇ। ਟੋਟਲ ਪੋਸਟਾਂ ਨੇ ਜੀ 4। ਇਹ ਪੋਸਟਾਂ ਵੱਖ ਵੱਖ ਡਿਸਟ੍ਰਿਕਟ ਵਿੱਚ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ, ਕਪੂਰਥਲਾ, ਫਗਵਾੜ ਅਤੇ ਸੁਲਤਾਨਪੁਰ ਲੋਧੀ ਵਾਸਤੇ। ਇਹਨਾਂ ਪੋਸਟਾਂ ਲਈ 75,000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਪੋਸਟ ਨੰਬਰ 2 ਜੀ, ਡੈਂਟਲ ਅਫਸਰ ਦੀ ਪੋਸਟ ਹੈ ਜੀ। ਕੁਆਲੀਫਿਕੇਸ਼ਨ ਹੈ BDS ਤੁਸੀਂ ਕੰਪਲੀਟ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ। ਟੋਟਲ ਪੋਸਟਾਂ ਨੇ 3, 75,000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਪੋਸਟ ਨੰਬਰ 3 ਜੀ, ਨਰਸਿੰਗ ਅਸਿਸਟੈਂਟ ਦੀ ਪੋਸਟ ਹੈ ਜੀ। ਕੁਆਲੀਫਿਕੇਸ਼ਨ ਹੈ BSc ਨਰਸਿੰਗ ਵੀ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ GNM ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਪੋਸਟ ਹੈ ਜੀ 1, 28,100 ਰੁਪਇਆ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਨੈਕਸਟ ਹੈ ਜੀ, ਫਾਰਮਾਸਿਸਟ ਦੀ ਪੋਸਟ ਹੈ ਜੀ। ਕੁਆਲੀਫਿਕੇਸ਼ਨ ਹੈ ਜੀ ਡਿਪਲੋਮਾ ਇਨ ਫਾਰਮੈਸੀ ਵਿੱਚ ਤੁਸੀਂ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋਗੇ। ਟੋਟਲ ਪੋਸਟ ਨੇ ਜੀ 4, 28,100 ਰੁਪਇਆ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਨੈਕਸਟ ਪੋਸਟ ਹੈ ਜੀ ਲੈਬ ਟੈਕਨੀਸ਼ੀਅਨ ਦੀ ਪੋਸਟ ਹੈ ਜੀ। ਕੁਆਲੀਫਿਕੇਸ਼ਨ ਹੈ BSc MLT ਡਿਪਲੋਮਾ ਤੁਸੀਂ ਕੰਪਲੀਟ ਕੀਤਾ ਮੈਡੀਕਲ ਲੈਬ ਟੈਕਨੋਲੋਜੀ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ। ਟੋਟਲ ਪੋਸਟਾਂ ਨੇ ਜੀ 2, 28,100 ਰੁਪਇਆ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਨੈਕਸਟ ਹੈ ਜੀ ਲੈਬ ਅਸਿਸਟੈਂਟ ਦੀ ਪੋਸਟ ਹੈ ਜੀ। ਕੁਆਲੀਫਿਕੇਸ਼ਨ ਹੈ DMLT ਲੈਬੋਰਟਰੀ ਟੈਕਨੀਸ਼ੀਅਨ ਕੋਰਸ ਤੁਸੀਂ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋਗੇ। ਟੋਟਲ ਪੋਸਟਾਂ ਨੇ 2, ਸੈਲਰੀ ਸੇਮ ਹੈ ਜੀ। ਡੈਂਟਲ ਦੀ ਪੋਸਟ ਹੈ ਜੀ ਡਿਪਲੋਮਾ ਤੁਸੀਂ ਡੈਂਟਲ ਵਿੱਚ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋਗੇ। ਟੋਟਲ ਪੋਸਟਾਂ ਨੇ ਜੀ 3, ਸੈਲਰੀ ਸੇਮ ਹੈ ਜੀ। ਫਿਜੀਓਥੈਰੇਪਿਸਟ ਦੀ ਪੋਸਟ ਹੈ ਜੀ ਡਿਪਲੋਮਾ ਤੁਸੀਂ ਫਿਜੀਓਥੈਰੇਪੀ ਵਿੱਚ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋਗੇ। ਪੋਸਟ ਹੈ ਜੀ 1, ਸੈਲਰੀ ਸੇਮ ਹੈ ਜੀ। ਨੈਕਸਟ ਪੋਸਟ ਹੈ ਜੀ ਐਂਬੂਲੈਂਸ ਡਰਾਈਵਰ ਦੀ ਪੋਸਟ ਹੈ ਜੀ। 8ਵੀਂ ਤੁਸੀਂ ਪਾਸ ਕੀਤੀ ਹੈ, ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਟੋਟਲ ਪੋਸਟਾਂ ਦੀ 2, 19,700 ਰੁਪਇਆ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਪਲੱਸ ਐਪਲੀਕੇਸ਼ਨ ਫਾਰਮ ਦਾ ਲਿੰਕ ਵੀ ਮੈਨੇ ਡਿਸਕ੍ਰਿਪਸ਼ਨ ਬੋਕਸ 'ਚ ਦਿੱਤਾ ਜੀ। ਉੱਥੇ ਜਾ ਕੇ ਨੋਟੀਫਿਕੇਸ਼ਨ ਨੂੰ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ। ਪੜ੍ਹਨ ਤੋਂ ਬਾਅਦ ਐਪਲੀਕੇਸ਼ਨ ਫਾਰਮ ਨੂੰ ਫਿਲਅਪ ਕਰਕੇ ਤੁਸੀਂ ਭੇਜ ਦੇਣਾ ਹੋਵੇਗਾ ਜੀ। ਐਡਰੈਸ ਵੀ ਤੁਹਾਨੂੰ ਦੱਸਾਂਗਾ ਕਿਸ ਐਡਰੈਸ 'ਤੇ ਤੁਸੀਂ ਭੇਜਣਾ। ਕਿਰਪਾ ਕਰਕੇ ਵੀਡੀਓ 'ਤੇ ਬਣੇ ਰਹੋ, ਸਕਿਪ ਨਾ ਕਰਿਓ। ਨੈਕਸਟ ਪੋਸਟ ਹੈ ਜੀ ਕਲਰਕ ਦੀ ਪੋਸਟ ਹੈ ਜੀ। ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਟੋਟਲ ਪੋਸਟਾਂ ਦੀ 3, 16,800 ਰੁਪਇਆ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਸਫਾਈ ਵਾਲੇ ਦੀ ਪੋਸਟ ਹੈ ਜੀ 5ਵੀਂ ਜਾਂ 8ਵੀਂ ਤੁਸੀਂ ਪਾਸ ਕੀਤੀ ਤਾਂ ਤੁਸੀਂ ਅਪਲਾਈ ਕਰ ਸਕੋਗੇ। ਟੋਟਲ ਪੋਸਟਾਂ ਦੀ 3, 16,800 ਰੁਪਇਆ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਫੀਮੇਲ ਅਟੈਂਡੈਂਟ ਦੀ ਪੋਸਟ ਹੈ ਜੀ 5ਵੀਂ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਪੋਸਟ ਹੈ ਜੀ 1, 16,800 ਰੁਪਇਆ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਗੌਰਮੈਂਟ ਆਫ ਇੰਡੀਆ, ਮਿਨਿਸਟਰੀ ਆਫ ਡਿਫੈਂਸ, ਐਕਸ ਸਰਵਿਸਮੈਨ, ਕੰਟਰੀਬਿਊਟਰੀ ਹੈਲਥ ਸਕੀਮ, ਸਟੇਸ਼ਨ ਹੈੱਡਕੁਆਟਰ ECHSL ਕਪੂਰਥਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਇਹ ਪੋਸਟ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ ਕਪੂਰਥਲਾ, ਫਗਵਾੜਾ ਅਤੇ ਸੁਲਤਾਨਪੁਰ ਲੋਧੀ ਵਿੱਚ ਪੋਸਟ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ 1 ਸਾਲ ਵਾਸਤੇ। ਬਾਅਦ ਵਿੱਚ ਇਹਨਾਂ ਦਾ ਸਮੇਂ ਅੱਗੇ ਵਧਾ ਦਿੱਤਾ ਜਾਵੇਗਾ। ਹੁਣ ਤੁਸੀਂ ਅਪਲਾਈ ਕਰਨ ਦਾ ਤਰੀਕਾ ਸਮਝ ਲਓ ਜੀ। ਅਪਲਾਈ ਤੁਸੀਂ ਕਰਨਾ ਕਿਵੇਂ ਹੈ ਜੀ,
ਐਪਲੀਕੇਸ਼ਨ ਫਾਰਮ ਤੁਸੀਂ ਇਹਨਾਂ ਦੀ ਆਫਿਸ਼ਲੀ ਵੈਬਸਾਈਟ ਤੋਂ ਡਾਊਨਲੋਡ ਕਰ ਲੈਣਾ ਜੀ, ਜਿਹਦਾ ਲਿੰਕ ਮੈਨੇ ਡਿਸਕ੍ਰਿਪਸ਼ਨ ਬਾਕਸ 'ਚ ਦਿੱਤਾ ਜੀ। ਤੁਹਾਨੂੰ ਕਿਸੇ ਵੈਬਸਾਈਟ 'ਤੇ ਜਾਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਡਿਸਕ੍ਰਿਪਸ਼ਨ ਬਾਕਸ 'ਚ ਜਾਓਗੇ, ਉੱਥੋਂ ਤੁਹਾਨੂੰ ਐਪਲੀਕੇਸ਼ਨ ਫਾਰਮ ਮਿਲ ਜਾਵੇਗਾ। ਐਪਲੀਕੇਸ਼ਨ ਫਾਰਮ ਦੇ ਨਾਲ ਸੈਲਫ ਅਟੈਸਟਡ ਕਾਪੀਜ਼, ਟੈਸਟਮੋਨੀਅਲਸ, ਕੁਆਲੀਫਿਕੇਸ਼ਨ, ਐਕਸਪੀਰੀਅੰਸ, ਮੈਡੀਕਲ ਫਿਟਨੈਸ ਸਰਟੀਫਿਕੇਟਸ ਉਹਦੇ ਐਪਲੀਕੇਸ਼ਨ ਫਾਰਮ ਦੇ ਨਾਲ ਹੀ ਅਟੈਚ ਹੈ, ਉਹ ਤੁਸੀਂ ਨਾਲ ਲਗਾ ਕੇ ਭੇਜਣਾ ਹੋਵੇਗਾ ਜੀ। ਐਡਰੈਸ ਨੋਟ ਕਰ ਲਓ ਜੀ, OIC ਸਟੇਸ਼ਨ ਹੈੱਡਕੁਆਟਰ ECHS ਸੈੱਲ ਕਪੂਰਥਲਾ ਦੇ ਐਡਰੈਸ 'ਤੇ 15 ਦਿਨਾਂ ਦੇ ਅੰਦਰ ਅੰਦਰ 17 ਫਰਵਰੀ ਤੱਕ ਤੁਸੀਂ ਆਪਣੇ ਡਾਕੂਮੈਂਟਸ ਭੇਜ ਸਕੋਗੇ। ਅਤੇ ਯੋਗ ਉਮੀਦਵਾਰ ਹੋਣਗੇ ਜੀ, ਉਹਨਾਂ ਨੂੰ ਇੰਟਰਵਿਊ ਦੀ ਜਾਣਕਾਰੀ ਟੈਲੀਫੋਨ ਦੁਆਰਾ, ਮੇਲ ਦੁਆਰਾ ਦੇ ਦਿੱਤੀ ਜਾਵੇਗੀ। ਦੋਸਤੋ ਉਮੀਦ ਕਰਦਾ ਮੇਰੇ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ, ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।